ਸਾਰਿਆਂ ਨੂੰ ਗੱਜ ਵੱਜ ਕੇ ਗੁਰੂ ਪ੍ਰਵਾਨ ਵਿੱਚ ਫਤਿਹ ਪ੍ਰਵਾਨ ਕਰਨੀ ਜੀ। ਬੋਲੋ ਵਾਹਿਗੁਰੂ ਜੀ ਕਾ ਖਾਲਸਾ। ਇਹ ਤੁਸੀਂ ਖੁਸ਼ੀ ਦੇਖ ਰਹੇ ਹੋ, ਹੁਣੇ ਤੁਹਾਡੇ ਸਹਿਯੋਗ ਨਾਲ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਦਾਦੂ ਮਾਜਰਾ ਪਹੁੰਚੇ ਹਾਂ ਜੀ, ਅਤੇ ਬੱਚਿਆਂ ਨੂੰ ਸਵੈਟਰ ਅਤੇ ਸ਼ੂਜ਼ ਦੇ ਚੁੱਕੇ ਹਾਂ, ਅਤੇ ਫਰਦਰ ਇਹ ਚੀਜ਼ਾਂ ਸੇਵਾਵਾਂ ਕਾਫੀ ਇਸ ਸਾਲ ਚੱਲਦੀਆਂ ਰਹਿਣੀਆਂ ਜੀ, ਅਤੇ ਤੁਹਾਡੇ ਸਹਿਯੋਗ ਦੀ ਹਰ ਟਾਈਮ ਲੋੜ ਪਏਗੀ। ਮੈਂ ਤੁਹਾਨੂੰ ਇਹ ਦੱਸ ਦੇਵਾਂ, ਮੈਨੂੰ ਇੱਥੇ, ਚਲੋ ਅਸੀਂ ਇੱਥੇ ਆਏ ਹਾਂ, ਠੀਕ ਹੈ, ਅਸੀਂ ਜਿੱਥੇ ਬੈਠੇ ਸੀਗੇ ਹੁਣ ਤਾਂ ਸਟੂਲ 'ਤੇ ਬੈਠੇ ਨੇ। ਆਹ ਤੁਸੀਂ ਇੱਕ ਮਿੰਟ ਦੇਖ ਲਓ ਕਿ ਬੇਸਿਕ ਜਿਹੜੀ ਨੈਸੈਸਿਟੀਜ਼ ਵੀ ਹੈਗੀਆਂ ਨਾ ਸਕੂਲਾਂ ਦੇ ਵਿੱਚ, ਉਹ ਅਸੀਂ ਪੂਰੀ ਨਹੀਂ ਕਰ ਪਾ ਰਹੇ ਆਪਣੇ ਬੱਚਿਆਂ ਦੀ। ਕਿਤੇ ਨਾ ਕਿਤੇ ਅਸੀਂ ਸੋਚਣ ਦੀ ਲੋੜ ਹੈ, ਬੱਚਿਆਂ ਕੋਲ ਆਪਣੇ ਥੱਲੇ ਜਿਹੜੀ ਉਹ ਗਰਮ ਸਵੈਟਰ ਜਾਂ ਕੁਛ ਹੈ ਉੱਪਰ ਪਾਉਣ ਨੂੰ ਹੈ ਹੀ ਨਹੀਂ। ਹੁਣ ਕਿਸੇ ਹੁਣ ਸੀਜ਼ਨ ਸ਼ੁਰੂ ਹੋ ਚੁੱਕਾ, ਸਵੈਟਰ ਕੋਈ ਵੀ ਨਹੀਂ ਪਾਇਆ ਹੋਇਆ। ਹੁਣ ਜੇ ਉਹ ਨਾ ਹੀ ਪਾਉਣ, ਥੱਲੇ ਵਾਰਮਰ ਜਾ ਜਾਂ ਕੁਛ ਆਪਣੀ ਥੱਲੇ ਘਰ ਦੀ ਸ਼ਰਟ ਪਾਉਂਦੇ ਨੇ, ਉਹ ਫਿਰ ਥੱਲੇ ਵਾਰਮਰ ਪਾਉਂਦੇ ਨੇ ਅਤੇ ਉੱਪਰ ਸਿੰਪਲ ਇੱਕ ਸ਼ਰਟ ਪਾ ਕੇ ਆਉਂਦੇ ਨੇ। ਆਪਾਂ ਬੇਸਿਕ ਨੈਸੈਸਿਟੀਜ਼ ਨਹੀਂ ਪੂਰੀ ਕਰ ਪਾ ਰਹੇ। ਕਿਤੇ ਇੱਕ ਟਾਈਮ ਸੀਗਾ ਇਸ ਸਕੂਲ ਦੇ ਵਿੱਚ 105 ਬੱਚਾ ਪੜ੍ਹਦਾ ਸੀਗਾ, ਅਤੇ ਅੱਜ ਆਹੀ ਬੱਚੇ ਰਹਿ ਗਏ ਸਿਰਫ। ਆਪਾਂ ਇਹਨਾਂ ਨਾਲ ਗੱਲ ਕਰ ਰਹੇ ਸੀਗੇ ਸਰ ਨਾਲ, ਅਤੇ ਇਹਨਾਂ ਦਾ ਕਹਿਣਾ ਕਿ ਇਹ ਜਿਹੜੀ ਅਥਾਰਟੀਜ਼ ਨੇ ਨਾ ਬੈਕ ਹੈਡ 'ਤੇ, ਉਹ ਚਾਹੁੰਦੀਆਂ ਨਹੀਂ ਕਿ ਇਹ ਪੰਜਾਬ, ਜਿਵੇਂ ਸੱਚੀ ਇਹ ਹੀ ਲੱਗਦਾ ਕਿ ਉਹ ਚਾਹੁੰਦੀਆਂ ਨਹੀਂ ਕਿ ਪੰਜਾਬ ਤਰੱਕੀ ਕਰੇ। ਜੋ ਸਿਸਟਮ ਨੂੰ ਹਿਲਾ ਕੇ ਰੱਖਿਆ ਹੋਇਆ, ਜਿਹੜੀ ਟੀਚਰਸ ਦੀ ਕੈਟਾਗਰੀਆਂ ਨੇ, ਇੰਨੀਆਂ 5-6 ਕੈਟਾਗਰੀਜ਼ ਕਰਤੀਆਂ ਨੇ, ਕੋਈ ਰੈਗੂਲਰ ਹੈ ਕੋਈ ਨਹੀਂ ਰੈਗੂਲਰ। ਆਹ ਮੈਮ ਉੱਥੇ ਹੁਣ ਸੀਗੇ, ਉਹ 2 ਮਹੀਨੇ ਉਹਨਾਂ ਨੂੰ ਤਨਖਾਹ ਨਹੀਂ ਆ ਰਹੀ ਅੱਜ ਤੱਕ, ਅਤੇ ਜਿਨ੍ਹਾਂ ਨੂੰ ਆਪਣੇ ਜਿਹੜਾ ਰੋਟੀ ਉਹਨਾਂ ਦੀ ਆਪਣੀ ਨਹੀਂ, ਉਹਨਾਂ ਨੂੰ ਤਾਂ ਪੂਰੀ ਹੋਣਗੀਆਂ ਬੇਸਿਕ ਨੈਸੈਸਿਟੀ ਉਹਨਾਂ ਦੀਆਂ, ਅਤੇ ਉਹ ਬੱਚਿਆਂ ਵਾਸਤੇ ਫਰਦਰ ਪ੍ਰੋਗਰੈਸਿਵਲੀ ਕਿੱਦਾਂ ਸੋਚਣਗੇ, ਇਹ ਚੀਜ਼ ਤਾਂ ਦੇਖਣ ਦੀ ਗੱਲ ਹੈ ਨਾ। ਅਤੇ ਹੁਣ ਜਿਹੜਾ ਕਈਆਂ ਨੂੰ ਮਿਲ ਰਹੀ ਹੈ, ਹੁਣ ਇੱਥੇ ਕੀ ਸੀ, ਇੱਥੇ ਪਹਿਲੇ 4 ਟੀਚਰ ਸੀਗੇ ਇਸ ਸਕੂਲ ਦੇ ਵਿੱਚ, ਕਰਦੇ ਕਰਦੇ ਬੱਚੇ ਵੀ ਘੱਟ ਰਹੇ ਨੇ, ਅਤੇ ਜਿਹੜੇ ਹੁਣ ਇੱਥੇ ਇੱਕ ਜਿਹੜਾ ਲਾਅ ਕਿੱਦਾਂ ਕ੍ਰੀਏਟ ਕੀਤਾ ਜਾਂਦਾ, ਉਹ ਬਾਹਰੋਂ ਬਿਊਰੋਕਰੈਟ ਦੇ ਕੌਣ ਕਰ ਰਿਹਾ, ਮੋਗੇ ਤੋਂ, ਅੰਮ੍ਰਿਤਸਰ, ਤਰਨ ਤਾਰਨ ਤੋਂ, ਉੱਥੋਂ ਦੀ ਬੱਚੇ, ਉੱਥੇ ਦੇ ਜਿਹੜੇ ਵਸਿੰਦੇ ਸੀ, ਉੱਥੇ ਦੀ ਜਿਹੜੇ ਟੀਚਰ ਸੀਗੇ, ਉਹ ਇੱਥੇ ਪੋਸਟਡ ਕੀਤੇ ਗਏ। ਉਹਨਾਂ ਦੀ ਇੱਥੇ ਪੋਸਟਿੰਗ ਹੋ ਗਈ, ਉਹ 1-2 ਮਹੀਨਾ ਰੁਕੇ, ਉਸ ਤੋਂ ਬਾਅਦ ਉਹ ਵਾਪਸ ਆਪਣੇ ਡਿਸਟ੍ਰਿਕਟ ਚਲੇ ਗਏ। ਆਹ ਬੱਚੇ ਫਿਰ ਖਾਲੀ ਦੇ ਖਾਲੀ, ਇਹਨਾਂ ਨੂੰ ਪੜ੍ਹਾਉਣ ਵਾਲਾ ਕੌਣ ਹੈ? ਇਹ ਫਿਰ ਇਹ ਸਿਰਫ 2 ਟੀਚਰਾਂ ਦੇ ਸਹਾਰੇ ਨੇ ਇਹ ਬੱਚੇ ਚੱਲ ਰਹੇ ਨੇ। ਇਹ ਪ੍ਰਾਇਮਰੀ ਸਕੂਲ ਹੈ, ਜਿਹੜੀ ਜੜ੍ਹ ਜਿੱਥੋਂ ਕ੍ਰੀਏਟ ਹੋਣੀ ਹੈ ਉਹੀ ਉੱਥੋਂ ਹੀ ਅਸੀਂ ਖੋਖਲੇ ਕਰ ਰਹੇ ਹਾਂ ਬੱਚੇ। ਫਰਦਰ ਤੁਹਾਨੂੰ ਕੀ ਲੱਗਦਾ ਇਹ ਬੱਚੇ ਕਿੱਥੇ ਤੱਕ ਪਹੁੰਚਣਗੇ ਇਸ ਚੀਜ਼ ਵਾਸਤੇ? ਸੋ ਇਹ ਚੀਜ਼ਾਂ ਨਾ, ਇਹ ਗੱਲਾਂ, ਇਹ ਥੋੜ੍ਹਾ ਜਿਹਾ ਕੰਟਰੀਬਿਊਟ ਅਸੀਂ ਕਰਨਾ ਸ਼ੁਰੂ ਕਰ ਦਈਏ ਸਰਕਾਰਾਂ ਦੇ, ਸਾਨੂੰ ਖਤਮ ਕਰਨ 'ਤੇ ਆਈ ਹੋਈਆਂ ਕਿ ਇਹ ਚਾਹੁੰਦੀਆਂ ਨਹੀਂ ਕਿ ਅੱਗੇ ਵਧਣ। ਸੋ ਸਾਡਾ ਇਹ ਆਪਣੇ ਆਪ ਨੂੰ ਬਚਾਉਣਾ, ਸਾਡਾ ਆਪਣਾ ਫਰਜ਼ ਆ, ਅਸੀਂ ਆਪਣੇ ਘਰ ਨੂੰ ਆਪ ਬਚਾ ਲਈਏ। ਕਿਸੇ ਤੋਂ ਉਮੀਦਾਂ ਲਾਉਣ ਦੀ ਕੋਈ ਖਾਸ ਸਾਡੇ ਕੋਲ ਨਾ ਉਮੀਦ ਹੈਗੀ ਹੈ, ਅਤੇ ਨਾ ਉਹ ਕੁਛ ਕਰ ਰਹੇ ਨੇ। ਮੈਂ ਇਹੀ ਕਹਾਂਗਾ, ਉਹ ਕਿਣਕਾ ਭਰ ਕੇ ਅਸੀਂ ਇਹ ਸਾਗਰ ਭਰਨ ਦੀ ਆਪਣੀ ਛੜੀ ਖੜੀ ਕੋਸ਼ਿਸ਼ ਹੈਗੀ ਹੈ, ਤੁਸੀਂ ਉਹਦੇ ਨਾਲ ਸਾਡਾ ਸਹਿਯੋਗ ਦਿਓ, ਅਤੇ ਇਹ ਬੱਚਿਆਂ ਦਾ ਭਵਿੱਖ ਅਸੀਂ ਸਾਰੇ ਮਿਲ ਕੇ ਜਾਣੋ ਇੱਕ ਤਰ੍ਹਾਂ ਅੱਛੀ ਤਰ੍ਹਾਂ ਉਸਾਰ ਸਕੀਏ, ਐਸੀ ਸਾਡੀ ਕੋਸ਼ਿਸ਼ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ।